ਬਹੁਤ ਮੰਦਾ ਹਾਲ ਰਿਹਾ ਸਾਡਾ ਤੇ, ਪਤੰਗਾਂ ਵੀ ਸਾਡੀਆਂ ਭਿੱਜ ਕੇ ਇੱਕ ਦਿਨ ਖਰਾਬ ਹੋ ਗਈਆਂ ਸੀ ਸਾਰੀਆਂ। ਹਾਂ, ਤੀਰ ਕਮਾਨਾਂ ਵੱਖਰੀਆਂ ਗਈਆਂ, ਕਾਗਜ਼ ਵੱਖਰਾ ਆ ਗਿਆ, ਜਦੋਂ ਬਾਲਾ ਹੀ ਟੁੱਟ ਗਿਆ ਉੱਤੋਂ ਸਾਰੀ ਛੱਤ ਚੋ ਗਈ, ਤੇ ਫਿਰ ਹੋਣੀਆਂ ਹੀ। ਪੰਜ ਧੀਆਂ ਦਾ ਪਿਤਾ ਨਸ਼ੇੜੀ ਹੈ ਜੋ ਘਰ ਦੇ ਵਿੱਚ ਹੀ ਨਹੀਂ ਆਉਂਦਾ। ਦੋ ਦੋ ਦਿਨ ਘਰ ਦੇ ਵਿੱਚ ਨਾ ਆਉਣ ਦੇ ਕਾਰਨ ਜਿਹੜੇ ਘਰ ਦੇ ਹਾਲਾਤ ਤਸਵੀਰਾਂ ਬਿਆਨ ਕਰ ਰਹੀਆਂ ਨੇ, ਨਾ ਤਾਂ ਪਾਣੀ ਦਾ ਪ੍ਰਬੰਧ ਹੈ ਔਰ ਨਾ ਹੀ ਰੋਟੀ ਟੋਕ ਦਾ ਕੋਈ ਪ੍ਰਬੰਧ ਹੈ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਸਕੂਲ ਤੋਂ ਘਰ ਪਰਤਣ ਤੋਂ ਬਾਅਦ ਇਹ ਧੀਆਂ ਆਪਣੀ ਮਾਂ ਦੇ ਨਾਲ ਗੁੱਡੀਆਂ ਬਣਾ ਕੇ ਘਰ ਦਾ ਗੁਜ਼ਾਰਾ ਕਰਦੀਆਂ ਹਨ। ਤਾਂ ਘਰ ਦੀ ਹਾਲਤ ਜਿਹੜੀ ਹੈ ਉਹ ਤਰਸਯੋਗ ਹੈ। ਹਾਂਜੀ ਭੈਣ ਜੀ, ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਫਿਰ? ਬਾਜੀ ਇਸ ਤਰ੍ਹਾਂ ਹੀ, ਕਿਸੇ ਦੇ ਘਰੇ ਜਾ ਜੂ ਕੇ ਕੁਛ ਕਰੇ ਕੰਮ ਕੁੰਮ ਕਰਦੇ ਆ, ਤੇ ਕੁਛ ਪਤੰਗਾਂ ਜਦੋਂ ਆ ਜਾਈਦਾ ਘਰੇ, ਫਿਰ ਪਤੰਗਾਂ ਬਣਾਈਦੀਆਂ ਆਣ ਕੇ। ਬੇਟੀਆਂ ਜਦੋਂ ਸਕੂਲੋਂ ਆ ਜਾਂਦੀਆਂ ਫਿਰ ਇਹ ਵੀ ਨਾਲ ਬਣਾਉਂਦੀਆਂ ਵਾ। ਇੱਥੇ ਇੱਥੇ ਜ਼ਰੂਰ ਪੁੱਛਣਾ ਚਾਹਾਂਗਾ ਕਿ 700-800 ਰੁਪਇਆ ਤੁਸੀਂ ਦੱਸਿਆ ਕਿ 15 ਦਿਨ ਬਾਅਦ ਗੁੱਡੀਆਂ ਦਾ ਬਣਦਾ, ਆ ਜਿਹੜੀਆਂ ਬਣਾਉਂਦੇ ਨੇ ਤੁਸੀਂ, ਤਿੰਨ ਤੁਹਾਡੇ ਨਾਲ ਬੇਟੀਆਂ ਨੇ ਤੁਸੀਂ ਹੋ, ਤਾਂ ਫਿਰ ਉਹਦੇ ਨਾਲ ਕੀ ਗੁਜ਼ਾਰਾ ਹੁੰਦਾ ਹੋਵੇਗਾ ਘਰ ਦਾ? ਕੋਈ ਸੌਦਾ ਆਉਂਦਾ, ਕੀ ਗੁਜ਼ਾਰਾ ਹੁੰਦਾ ਹੋਵੇਗਾ? ਏਦਾਂ ਹੀ ਆ ਭਾਈ, ਫਿਰ ਗੁਜ਼ਾਰਾ ਤੇ ਕਰਨਾ ਹੀ ਪੈਂਦਾ, ਤੁਹਾਨੂੰ ਪਤਾ ਗਰੀਬਾਂ ਘਰਾਂ ਦੇ ਵਿੱਚ ਫਿਰ ਗੁਜ਼ਾਰਾ ਕਰਨਾ ਹੀ ਪੈਂਦਾ, ਤੁਹਾਨੂੰ ਪਤਾ ਭਾਜੀ। ਦੇ ਥੋੜਾ ਕਿਸੇ ਨੂੰ ਜਾਣਾ, ਇਹਨੂੰ ਆਪਾਂ ਵਿਖਾਵਾਂਗੇ, ਕਿਸੇ ਦੇ ਗਾੜੀ ਜਾ ਕੇ ਕਰਾਂਗੇ ਵੀ, ਤੇ ਕਿਸੇ ਨੇ ਦੇਣਾ ਤੇ ਹੈ ਹੀ ਨਹੀਂ, ਆਪਣੀ ਮਿਹਨਤ ਜਿੱਥੇ ਮਰਜ਼ੀ ਕਰਕੇ ਖਾ ਲਈਏ, ਮਾੜੀ ਚੰਗੀ ਨਾ ਖਾ ਲਈਏ। ਅਜਿਹੇ ਹਾਲਾਤਾਂ ਦੇ ਵਿੱਚ ਫਿਰ ਤੁਹਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਬੋੜਿਆ? ਰਿਸ਼ਤੇਦਾਰ ਕੋਈ ਬਣਦਾ ਹੀ ਨਹੀਂ ਅੱਜ ਕੱਲ੍ਹ, ਕੋਈ ਬਣੇ ਤਾਂ ਫਿਰ ਆਉਣਾ, ਇਹੋ ਜਿਹੇ ਹਾਲਾਤਾਂ 'ਚ ਕੋਈ ਕਿਸੇ ਦਾ ਕੁਝ ਨਹੀਂ ਬਣਦਾ, ਸਾਰਿਆਂ ਨੂੰ ਆਪਣਾ ਹੀ ਕਰਕੇ ਖਾਣਾ ਪੈਂਦਾ। ਕੋਈ ਸਰਕਾਰੀ ਸਹੂਲਤ ਕਣਕ ਵਗੈਰਾ ਤੁਹਾਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ? ਉਹ ਤਾਂ ਭਾਜੀ ਮਿਲਦੀ, ਉਹਦੇ ਸਿਰ ਤੇ ਗੁਜ਼ਾਰਾ ਕਰ ਲਈਦਾ, ਕਈ ਵੇਲੇ ਮੁੱਲ ਵੀ ਲਿਆਣ ਕੇ ਖਾਣਾ ਪੈਂਦਾ, 30-30 ਰੁਪਏ ਕਿਲੋ ਲਿਆਣ ਕੇ ਗੁਜ਼ਾਰਾ ਕਰਨਾ ਪੈਂਦਾ, ਕਈ ਵੇਲੇ ਕਈ ਵੇਲੇ ਘਰ ਦੇ ਵਿੱਚ ਲਿਆਂਦਾ ਵੀ ਜਾਂਦਾ, ਕਈ ਵੇਲੇ ਨਹੀਂ ਵੀ ਲਿਆਂਦਾ ਜਾਂਦਾ, ਇੰਨੀਆਂ ਮਜਬੂਰੀਆਂ ਹੋ ਜਾਂਦੀਆਂ ਭਾਜੀ ਕਿਸੇ ਦੇ ਵੇਲੇ ਘਰ ਦੇ ਵਿੱਚ। ਪੰਜਾਬ ਅਬ ਤੱਕ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ, ਮੈਂ ਤੁਹਾਡਾ ਆਪਣਾ ਦਲਜੀਤ ਸਿੰਘ, ਤੇ ਇਸ ਵੇਲੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪਲਾਸੌਰ ਦੇ ਵਿੱਚ ਮੌਜੂਦ ਹੈ। ਜੀ ਹਾਂ ਦੋਸਤੋ, ਪੰਜ ਧੀਆਂ ਦਾ ਪਿਤਾ ਨਸ਼ੇੜੀ ਹੈ ਜੋ ਘਰ ਦੇ ਵਿੱਚ ਹੀ ਨਹੀਂ ਆਉਂਦਾ, ਦੋ ਦੋ ਦਿਨ ਘਰ ਦੇ ਵਿੱਚ ਨਾ ਆਉਣ ਦੇ ਕਾਰਨ ਜਿਹੜੇ ਘਰ ਦੇ ਹਾਲਾਤ ਤਸਵੀਰਾਂ ਬਿਆਨ ਕਰ ਰਹੀਆਂ ਨੇ, ਨਾ ਤਾਂ ਪਾਣੀ ਦਾ ਪ੍ਰਬੰਧ ਹੈ ਔਰ ਨਾ ਹੀ ਰੋਟੀ ਟੋਕ ਦਾ ਕੋਈ ਪ੍ਰਬੰਧ ਹੈ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਸਕੂਲ ਤੋਂ ਘਰ ਪਰਤਣ ਤੋਂ ਬਾਅਦ ਇਹ ਧੀਆਂ ਆਪਣੀ ਮਾਂ ਦੇ ਨਾਲ ਗੁੱਡੀਆਂ ਬਣਾ ਕੇ ਘਰ ਦਾ ਗੁਜ਼ਾਰਾ ਕਰਦੀਆਂ ਹਨ। ਤਾਂ ਘਰ ਦੀ ਹਾਲਤ ਜਿਹੜੀ ਹੈ ਉਹ ਤਰਸਯੋਗ ਹੈ। ਜੀ ਹਾਂ ਦੋਸਤੋ, ਪਿਛਲੇ ਦਿਨੀ ਪਈਆਂ ਬਾਰਿਸ਼ਾਂ ਦੇ ਕਾਰਨ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਇੱਕ ਘਰ ਦਾ ਬਾਲਾ ਵੀ ਟੁੱਟ ਚੁੱਕਾ ਹੈ, ਔਰ ਮੈਂ ਕੈਮਰਾਮੈਨ ਸਾਥੀ ਨੂੰ ਬੇਨਤੀ ਕਰਾਂ ਕਿ ਛੱਤਾਂ ਵਿਖਾ ਦਿੱਤੀਆਂ ਜਾਣ, ਤਾਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਫਿਰ ਘਰ ਦਾ ਗੁਜ਼ਾਰਾ ਹੁੰਦਾ ਹੈ। ਪੰਜ ਧੀਆਂ ਨੇ, ਜਿਸ ਦੇ ਵਿੱਚੋਂ ਇੱਕ ਧੀ ਤਾਂ ਨਾਨਕੇ ਰਹਿੰਦੀ ਆ ਔਰ ਇੱਕ ਦਾ ਲੋਕਡਾਊਨ ਦੇ ਵਿੱਚ ਵਿਆਹ ਹੋ ਗਿਆ, ਤਾਂ ਕਿਵੇਂ ਇੱਕ ਮਾਂ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ, ਇਹ ਦਰਦਨਾਕ ਕਹਾਣੀ ਲੈ ਕੇ ਹਾਜ਼ਰ ਹਾਂ। ਉਸ ਪਰਿਵਾਰ ਦੀ ਇੱਕ ਗੁੰਮਨਾਮ ਆਵਾਜ਼ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ NRI ਭਰਾ ਜਿਹੜੇ ਨੇ ਇਸ ਵੀਡੀਓ ਵੱਲ ਵੇਖ ਕੇ ਅਤੇ ਜਿੱਥੋਂ ਤੱਕ ਸਾਡੀ ਇਹ ਵੀਡੀਓ ਪਹੁੰਚਦੀ ਹੈ, ਤਾਂ ਜੋ ਇਹਨਾਂ ਦੀ ਕੋਈ ਮਦਦ ਹੋ ਸਕੇ। ਸਾਡੇ ਨਾਲ ਪਰਿਵਾਰ ਮੌਜੂਦ ਹੈ,
ਭੈਣ ਜੀ ਮੌਜੂਦ ਹੈ ਔਰ ਤੁਸੀਂ ਤਸਵੀਰਾਂ ਦੇ ਵਿੱਚ ਵੇਖਿਆ ਕਿ ਧੀਆਂ ਕਿਵੇਂ ਗੁੱਡੀਆਂ ਜਿਹੜੀਆਂ ਆਪਣੀ ਮਾਂ ਦੇ ਨਾਲ ਗੁੱਡੀਆਂ ਬਣਾ ਕੇ ਘਰ ਦਾ ਗੁਜ਼ਾਰਾ ਕਰਦੀਆਂ ਹਨ। 1000 ਗੁੱਡੀ ਦਾ 700 ਰੁਪਇਆ ਬਣਦਾ ਔਰ ਦੋਸਤੋ 15 ਦਿਨਾਂ ਦੇ ਵਿੱਚ 700 ਰੁਪਇਆ ਬਣਦਾ, ਜਿਸ ਦੇ ਨਾਲ ਕੋਈ ਘਰ ਦਾ ਗੁਜ਼ਾਰਾ ਚੱਲਣਾ ਜਿਹੜਾ ਹੈ ਉਹ ਸੰਭਵ ਨਹੀਂ ਹੈ। ਤਾਂ ਪਰਿਵਾਰ ਦੇ ਵਿੱਚ ਮਾਯੂਸੀ ਹੈ। ਮੈਂ ਗੱਲਬਾਤ ਕਰਦਾ ਭੈਣ ਜੀ, ਕੀ ਤੁਹਾਡਾ ਨਾਮ ਹੈ, ਪਿੰਡ ਦਾ ਨਾਮ ਵੀ ਦੱਸ ਦਿਓ। ਭਲਾ ਸਰ ਭਾਜੀ, ਤੇ ਕੀ ਹਾਲਾਤ ਹੈ ਘਰ ਦੀ, ਹਾਲਤ ਕੀ ਹੈ ਘਰ ਦੀ? ਭਾਜੀ ਇਸ ਤਰ੍ਹਾਂ ਹੀ, ਕਿਸੇ ਦੇ ਘਰੇ ਜਾ ਜੂ ਕੇ ਕੁਛ ਕਰ ਕੰਮ ਕੁੰਮ ਕਰਦੇ ਆ ਤੇ ਕੁਛ ਪਤੰਗਾਂ ਜਦੋਂ ਆ ਜਾਈਦਾ ਘਰੇ, ਫਿਰ ਪਤੰਗਾਂ ਬਣਾਈਦੀਆਂ ਆਣ ਕੇ, ਬੇਟੀਆਂ ਜਦੋਂ ਸਕੂਲੋਂ ਆ ਜਾਂਦੀਆਂ ਫਿਰ ਇਹ ਵੀ ਨਾਲ ਬਣਾਉਂਦੀਆਂ ਵਾ। ਤੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਕਿਵੇਂ ਚੱਲਦਾ? ਪੜ੍ਹਾਈ ਦਾ ਖਰਚਾ ਤਾਂ ਉਹਨਾਂ ਦਾ ਟੀਚਰਾਂ ਹੀ ਠਾਉਂਦੀਆਂ ਵਾ, ਅਸੀਂ ਨਹੀਂ ਠਾ ਸਕਦੇ ਅੱਗੇ, ਦੋਨੋਂ ਨਹੀਂ ਪੜ੍ਹਾ ਸਕੇ, ਅਸੀਂ ਦੱਸਦਾ ਹੀ ਕੀਤੀਆਂ ਉਹਨਾਂ ਨੇ। ਬੇਟਾ ਵੀ ਹੈਗਾ ਤੁਹਾਡਾ? ਨਾ ਬੇਟਾ ਹੁੰਦਾ ਤਾਂ ਫਿਰ ਕੀ ਲੋੜ ਸੀ ਭਾਜੀ ਬੇਟੀਆਂ ਦੀ ਆਪਾਂ। ਮਨ ਨੂੰ ਦੁੱਖ ਨਹੀਂ ਹੁੰਦਾ? ਦੁੱਖ ਤੇ ਬਹੁਤ ਜ਼ਿਆਦਾ ਹੁੰਦਾ, ਜਦੋਂ ਇੱਕ ਘਰ ਦੇ ਵਿੱਚ ਭਾਜੀ 10-10 ਬੇਟੀਆਂ ਹੋ ਜਾਣ, ਦੁੱਖ ਕਿਉਂ ਨਹੀਂ ਹੁੰਦਾ? ਬੇਟੀ ਵਿਆਹੀ ਲੋਕਡਾਊਨ ਦੇ ਵਿੱਚ, ਉਹਨਾਂ ਦੀ ਵੀ 2 ਬੇਟੀਆਂ ਹੀ ਭਾਜੀ। ਹਾਂਜੀ ਭਾਜੀ, ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਇਸ ਘਰ ਦੀ ਹਾਲਤ ਜਿਹੜੀ ਹੈ ਕਿੰਨੀ ਮੰਦੀ ਹੈ ਦੋਸਤੋ। ਤਾਂ ਭੈਣ ਜੀ ਅਜਿਹੇ ਹਾਲਾਤਾਂ ਦੇ ਵਿੱਚ ਆ ਜਿਹੜੇ ਹਾਲਾਤ ਨੇ ਤੁਹਾਡੇ, ਅਸੀਂ ਘਰ ਦੇ ਵਿੱਚ ਪਹੁੰਚੇ ਹਾਂ, ਬਾਰਿਸ਼ਾਂ ਦੇ ਕਾਰਨ ਕੀ ਹਾਲਾਤ ਰਹੇ ਜਦੋਂ ਇੰਨੇ ਮੀਂਹ ਪੈਂਦੇ ਸੀ? ਭਾਜੀ ਬਹੁਤ ਮੰਦੇ ਹਾਲ ਰਹੇ, ਬਾਲਾ ਵੀ ਟੁੱਟ ਗਿਆ ਸੀ ਸਾਡਾ ਤੇ, ਬਹੁਤ ਮੰਦਾ ਹਾਲ ਰਿਹਾ ਸਾਡਾ ਤੇ, ਪਤੰਗਾਂ ਵੀ ਸਾਡੀਆਂ ਭਿੱਜ ਕੇ ਇੱਕ ਦਿਨ ਖਰਾਬ ਹੋ ਗਈਆਂ ਸਾਰੀਆਂ। ਹਾਂ ਧੀਰ ਕਮਾਨਾਂ ਵੱਖਰੀਆਂ ਹੋਈਆਂ, ਕਾਗਜ਼ ਵੱਖਰਾ ਆ ਗਿਆ, ਜਦੋਂ ਬਾਲਾ ਹੀ ਟੁੱਟ ਗਿਆ ਉੱਤੋਂ ਸਾਰੀ ਛੱਤ ਚੋਗੀ ਤੇ ਫਿਰ ਹੋਣੀਆਂ ਹੀ। ਬਿਜਲੀ ਦਾ ਪ੍ਰਬੰਧ ਕਿਵੇਂ ਦਾ ਰਿਹਾ? ਬਿਜਲੀ ਦਾ ਪ੍ਰਬੰਧ ਵੀ ਭਾਜੀ ਇਸ ਤਰ੍ਹਾਂ ਹੀ ਕਿਸੇ ਨੇ ਲਵਾ ਲਵੋ ਕੇ ਦਿੱਤੀ ਸਾਨੂੰ, ਪਹਿਲਾਂ ਤਾਂ ਕਦੀ 6 ਮਹੀਨੇ ਕਦੀ ਕਿਸੇ ਵੱਲੇ ਕਦੀ ਕਿਸੇ ਵੱਲੇ, ਕਿਸੇ ਵੇਲੇ ਗਰਮੀ 'ਚ ਵੀ ਕੱਟਣੀ ਪੈਂਦੀ ਸੀ ਸਾਨੂੰ ਤੇ, ਹਾਂਜੀ ਬਿਨ ਬੱਤੀਆਂ ਵੀ ਕੱਟਦੇ ਰਹੇ ਹਾਂ, ਮੋਮਬੱਤੀਆਂ ਦੀਵਿਆਂ 'ਤੇ ਹੀ। ਹਾਂਜੀ ਇੱਥੇ ਜ਼ਰੂਰ ਪੁੱਛਣਾ ਚਾਹਾਂਗਾ ਕਿ 700-800 ਰੁਪਇਆ ਤੁਸੀਂ ਦੱਸਿਆ ਕਿ 15 ਦਿਨ ਬਾਅਦ ਗੁੱਡੀਆਂ ਦਾ ਬਣਦਾ, ਆ ਜਿਹੜੀਆਂ ਬਣਾਉਂਦੇ ਨੇ ਤੁਸੀਂ, 3 ਤੁਹਾਡੇ ਨਾਲ ਬੇਟੀਆਂ ਨੇ ਤੁਸੀਂ ਹੋ, ਤਾਂ ਫਿਰ ਉਹਦੇ ਨਾਲ ਕੀ ਗੁਜ਼ਾਰਾ ਹੁੰਦਾ ਹੋਵੇਗਾ ਘਰ ਦਾ, ਕੋਈ ਸੌਦਾ ਆਉਂਦਾ, ਕੀ ਗੁਜ਼ਾਰਾ ਹੁੰਦਾ ਹੋਵੇਗਾ? ਇੱਦਾਂ ਹੀ ਆ ਭਾਜੀ, ਫਿਰ ਗੁਜ਼ਾਰਾ ਤਾਂ ਕਰਨਾ ਹੀ ਪੈਂਦਾ ਤੁਹਾਨੂੰ ਪਤਾ, ਗਰੀਬਾਂ ਘਰਾਂ ਦੇ ਵਿੱਚ ਫਿਰ ਗੁਜ਼ਾਰਾ ਕਰਨਾ ਹੀ ਪੈਂਦਾ ਤੁਹਾਨੂੰ ਪਤਾ ਭਾਜੀ, ਦੇ ਥੋੜ੍ਹਾ ਕਿਸੇ ਨੂੰ ਜਾਣਾ, ਜੇ ਕਿਸੇ ਨੂੰ ਆਪਾਂ ਵਿਖਾਵਾਂਗੇ ਕਿਸੇ ਦੇ ਗਾੜੀ ਜਾ ਕੇ ਕਰਾਂਗੇ ਵੀ ਤਾਂ ਕਿਸੇ ਨੇ ਦੇਣਾ ਤਾਂ ਹੈ ਹੀ ਨਹੀਂ, ਆਪਣੀ ਮਿਹਨਤ ਜਿੱਥੇ ਮਰਜ਼ੀ ਕਰਕੇ ਖਾ ਲਈਏ, ਮਾੜੀ ਚੰਗੀ ਨਾ ਖਾ ਲਈਏ, ਕੋਈ ਨਹੀਂ ਪੁੱਛਦਾ ਭਾਜੀ ਅੱਜ ਕੱਲ੍ਹ, ਨਾ ਕੋਈ ਭੈਣ ਨਾ ਕੋਈ ਭਰਾ ਨਾ ਕੋਈ, ਆਪਣੀ ਮਿਹਨਤ ਕਰਕੇ ਆਪ ਨੂੰ ਖਾਣੀ ਪੈਂਦੀ ਭਾਜੀ। ਤਾਂ ਬੱਚਿਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ, ਬੇਟਾ ਤੁਹਾਡਾ ਕੀ ਨਾਮ ਹੈ ਜੀ? ਹਰਪ੍ਰੀਤ ਕੌਰ। ਤੁਸੀਂ ਜਾਂਦੇ ਹੋ ਸਕੂਲ? ਜਾਂਦੇ ਹੋ? ਹਾਂਜੀ। ਤੇ ਮੁੜ ਕੇ ਆ ਕੇ ਮੰਮਾ ਦੇ ਨਾਲ ਗੁੱਡੀਆਂ ਬਣਾਉਂਦੇ ਹੋ ਤੁਸੀਂ? ਹਾਂਜੀ। ਤਾਂ ਕਿਵੇਂ ਘਰ ਦੇ ਹਾਲਾਤਾਂ ਬਾਰੇ, ਕਿਵੇਂ ਕੀ ਮਨ ਦੇ ਵਿੱਚ ਕੀ ਭਾਵਨਾਵਾਂ ਰਹਿੰਦੀਆਂ ਨੇ ਕਿ ਸਾਡੇ ਘਰ ਦੇ ਹਾਲਾਤ ਅਜਿਹੇ ਨੇ, ਕਿਵੇਂ ਦੀ ਮਿਹਨਤ ਕਰਨ ਦੀ ਅਗਲੇ ਪੜ੍ਹ ਕੇ ਕੀ ਬਣਨਾ ਚਾਹੁੰਦੇ ਹੋ? ਮੈਂ ਪੜ੍ਹ ਕੇ ਕੁਝ ਇਹੋ ਜਿਹੀ ਬਣਨਾ ਚਾਹੁੰਦੀ ਹਾਂ ਕਿ ਆਪਣੇ ਮਾਂ ਪਿਓ ਦਾ ਸਿਰ ਉੱਚਾ ਕਰ ਸਕਾਂ ਤੇ ਵੀ ਇਹੋ ਜਿਹੇ ਹਾਲਾਤਾਂ 'ਚ ਨਾ ਰਹਿ ਸਕਣ, ਵੀ ਉੱਚਾ ਉਠਾਵਾਂ ਕਿ ਜਿਹੜੇ ਅੱਜ ਸਾਡੀ ਮਿਹਨਤ ਸਾਡੇ ਨਾਲ ਨਹੀਂ ਖੜਦੇ ਉਹ ਕੱਲ੍ਹ ਤੋਂ ਗੱਲਾਂ ਕਰਨ, ਵੀ ਹਾਂ ਇਹਦੀਆਂ ਧੀਆਂ ਕੁਝ ਬਣ ਗਈਆਂ, ਅਸੀਂ ਇਹੋ ਜਿਹੇ ਕੁਝ ਬਣ ਕੇ ਵਿਖਾਵਾਂਗੇ, ਪੁੱਤਾਂ ਨੂੰ ਵੱਧ ਕੇ ਬਣ ਕੇ ਵਿਖਾਵਾਂਗੇ ਘੱਟ ਨਹੀਂ। ਬੇਟਾ ਜੀ ਸਕੂਲ ਕਿਹੜੇ ਜਾਂਦੇ ਹੋ ਔਰ ਕਿਹੜੀ ਕਲਾਸ ਦੇ ਵਿੱਚ ਹੋ ਤੁਸੀਂ? ਮੈਂ ਪਲੱਸ 2 ਕਲਾਸ 'ਚ ਹਾਂ, ਸਰਕਾਰੀ ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ, ਉੱਥੇ ਜਾਂਦੇ ਹਾਂ। ਅੱਛਾ ਪਲੱਸ 2। ਹਾਂਜੀ ਪਲੱਸ 2। ਔਰ ਬੇਟਾ ਮੈਂ ਵੀ ਜ਼ਰੂਰ ਪੁੱਛਣਾ ਚਾਹਾਂਗਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਫਿਰ ਤੁਹਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਬੋੜਿਆ?
ਰਿਸ਼ਤੇਦਾਰ ਕੋਈ ਬਣਦਾ ਹੀ ਨਹੀਂ ਅੱਜ ਕੱਲ੍ਹ, ਕੋਈ ਬਣੇ ਤਾਂ ਫਿਰ ਆਉਣਾ, ਇਹੋ ਜਿਹੇ ਹਾਲਾਤਾਂ 'ਚ ਕੋਈ ਕਿਸੇ ਦਾ ਕੁਝ ਨਹੀਂ ਬਣਦਾ, ਸਾਰਿਆਂ ਨੂੰ ਆਪਣਾ ਹੀ ਕਰਕੇ ਖਾਣਾ ਪੈਂਦਾ, ਕੋਈ ਕਿਸੇ ਦਾ ਨਹੀਂ ਬਣਦਾ। ਕਿੰਨੇ ਵਜੇ ਸਕੂਲ ਤੋਂ ਆ ਕੇ ਫਿਰ ਮੰਮਾ ਦੇ ਨਾਲ ਜਿਹੜੀਆਂ ਤੁਸੀਂ ਇਹ ਗੁੱਡੀਆਂ ਬਣਾਉਂਦੇ ਹੋ, ਕਿੰਨੇ ਵਜੇ ਤੱਕ ਫਿਰ ਮਿਹਨਤ ਜਾਰੀ ਰਹਿੰਦੀ? 12:30 ਵਜੇ ਛੁੱਟੀ ਹੋ ਜਾਂਦੀ ਆ, ਫਿਰ ਆ ਕੇ ਕਈ ਮੈਂ ਟਿਊਸ਼ਨ ਵੀ ਜਾਂਦੀ, ਉਹ ਵੀ ਮੈਮ ਨੂੰ ਉਠਾਉਂਦੇ ਆ, ਪੜਾਉਂਦੇ ਆ, ਉੱਥੇ ਜਾਂਦੀ ਆ, ਫਿਰ ਆ ਕੇ ਨਾਲ ਮੰਮਾ ਦੇ ਕਰਾਉਂਦੀ ਆ। ਸਕੂਲ ਵੱਲੋਂ, ਸਕੂਲ ਦੇ ਟੀਚਰਾਂ ਵੱਲੋਂ ਤੁਹਾਨੂੰ ਕਿਸ ਤਰੀਕੇ ਦੀ ਸਪੋਰਟ ਮਿਲਦੀ ਹੈ? ਸਪੋਰਟ ਬਹੁਤ ਮਿਲਦੀ ਆ, ਉਹ ਮੇਰਾ ਪੜ੍ਹਾਈ ਦਾ ਮਤਲਬ ਫੀਸ, ਬੁੱਕਸ, ਇੱਥੋਂ ਤੱਕ ਸਾਰਾ ਕੁਝ ਹੀ ਮੇਰਾ ਉਹ ਉਠਾਉਂਦੇ ਆ, ਘਰੋਂ ਮੈਨੂੰ ਕੋਈ ਹੈਲਪ ਨਹੀਂ ਮਿਲਦੀ, ਟੀਚਰਸ ਹੀ ਕਰਦੇ ਆ ਸਾਰਾ। ਪਰ ਹੁਣ ਹੁਣ ਜੇ ਘਰ ਦੇ ਹਾਲਾਤ ਵੇਖੇ ਜਾਣ ਕਿ ਬਾਰਿਸ਼ ਦੇ ਕਾਰਨ ਤਾਂ ਬਾਲਾ ਵੀ ਟੁੱਟ ਗਿਆ, ਤੁਸੀਂ ਦੱਸਿਆ ਕਿ ਗੁੱਡੀਆਂ ਵੀ ਭਿੱਜ ਗਈਆਂ, ਤਾਂ ਜਿੰਨੇ ਵੀ NRI ਭਰਾ ਨੇ ਜਿਹੜੇ ਸਮੇਂ-ਸਮੇਂ ਤੇ ਗਰੀਬ ਪਰਿਵਾਰਾਂ ਦੀ ਬਾਂਹ ਫੜਦੇ ਨੇ, ਜਿਹੜੇ NRI ਭਰਾ, ਜਿਹੜੇ ਸੇਵਾ ਸੰਸਥਾਵਾਂ ਸਮੇਂ-ਸਮੇਂ ਤੇ ਗਰੀਬ ਪਰਿਵਾਰਾਂ ਦੀ ਹੈਲਪ ਕਰਦੇ ਨੇ, ਤਾਂ ਉਹਨਾਂ ਗੜੀ ਤੁਸੀਂ ਅਪੀਲ ਕੀ ਕਰਨੀ ਚਾਹੋਗੇ? ਵੀ ਸਾਡੀ ਹੁਣ ਹੈਲਪ ਕਰਨ, ਅਸੀਂ ਫਿਰ ਜਦੋਂ ਆਪਣੇ ਬਲ ਤੇ ਖੜੇ ਹੋਵਾਂਗੇ ਫਿਰ ਅਸੀਂ ਆਪਣੀ ਖੁਦ ਹੈਲਪ ਕਰਾਂਗੇ, ਪਰ ਹੁਣ ਤੁਸੀਂ ਸਾਡੀ ਹੈਲਪ ਕਰ ਦਿਓ, ਜੋ ਅਸੀਂ ਤੁਹਾਡੇ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੇ। ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ ਜਿੰਨੇ ਵੀ NRI ਭਰਾ ਨੇ, ਜਿੰਨੇ ਵੀ ਦਾਨੀ ਸੱਜਣ ਨੇ, ਕਿਉਂਕਿ ਪਤੀ ਨਸ਼ੇੜੀ ਹੈ ਔਰ ਤੁਸੀਂ ਦੱਸਦੇ ਕਿ 2-2 ਦਿਨ ਘਰ ਦੇ ਵਿੱਚ ਨਹੀਂ ਆਉਂਦਾ, ਤਾਂ ਉਹ ਨਸ਼ੇੜੀ ਆਦਮੀ ਨੂੰ ਤਾਂ ਜਿਹੜਾ ਬੱਚਿਆਂ ਨਾਲ ਤੇ ਪਰਿਵਾਰ ਨਾਲ ਕੋਈ ਨਹੀਂ ਹੁੰਦਾ ਜੀ, ਕੋਈ ਵਾਸਤਾ ਨਹੀਂ ਹੁੰਦਾ ਭਾਜੀ ਉਹਨਾਂ ਨੂੰ ਤੇ। ਨਸ਼ੇ ਵਾਲੇ ਬੰਦੇ ਨੂੰ ਕੀ, ਉਹਨਾਂ ਨੂੰ ਤੇ ਖਾਧੀ ਆ ਜਾਂ ਨਾ ਖਾਧੀ ਇੱਕ ਬਰਾਬਰ ਹੀ ਆ, ਉਹਨਾਂ ਨੂੰ ਤੇ ਆਪਣੇ ਬੱਚਿਆਂ ਨਾਲ ਵਾਸਤਾ ਵੀ ਨਹੀਂ ਹੁੰਦਾ, ਨਾ ਉਹਨਾਂ ਨੂੰ ਕਿਸੇ ਦੀ ਰੋਟੀ ਨਾ, ਨਾ ਉਹਨਾਂ ਨੂੰ ਆਪਣੇ ਬੱਚਿਆਂ ਨਾਲ, ਉਹਨਾਂ ਨੂੰ ਤੇ ਆਪਣੇ ਨਾਲ ਵਾਸਤਾ ਹੁੰਦਾ, ਤੁਹਾਨੂੰ ਭਾਜੀ ਪਤਾ ਹੀ ਆ, ਆਪਣੇ ਢਿੱਡਾਂ ਨਾਲ ਵਾਸਤਾ ਹੁੰਦਾ ਭਾਜੀ। ਕੋਈ ਸਰਕਾਰੀ ਸਹੂਲਤ ਕਣਕ ਵਗੈਰਾ ਤੁਹਾਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ? ਉਹ ਤਾਂ ਭਾਜੀ ਮਿਲਦੀ, ਉਹਦੇ ਸਿਰ ਤੇ ਗੁਜ਼ਾਰਾ ਕਰ ਲਈਦਾ, ਕਈ ਵੇਲੇ ਮੁੱਲ ਵੀ ਲਿਆਣ ਕੇ ਖਾਣਾ ਪੈਂਦਾ, 30-30 ਰੁਪਏ ਕਿਲੋ ਲਿਆਣ ਕੇ ਗੁਜ਼ਾਰਾ ਕਰਨਾ ਪੈਂਦਾ, ਕਈ ਵੇਲੇ ਕਈ ਵੇਲੇ ਘਰ ਦੇ ਵਿੱਚ ਲਿਆਂਦਾ ਵੀ ਜਾਂਦਾ, ਕਈ ਵੇਲੇ ਨਹੀਂ ਵੀ ਲਿਆਂਦਾ ਜਾਂਦਾ, ਇੰਨੀਆਂ ਮਜਬੂਰੀਆਂ ਹੋ ਜਾਂਦੀਆਂ ਭਾਜੀ ਕਿਸੇ ਦੇ ਵੇਲੇ ਘਰ ਦੇ ਵਿੱਚ। ਅਜਿਹੇ ਹਾਲਾਤਾਂ ਦੇ ਵਿੱਚ ਕੋਈ ਪਿੰਡ ਦਾ ਮੋਹਤਬਾਰ, ਕੋਈ ਸਰਕਾਰੀ ਅਦਾਰਿਓਂ ਕੋਈ ਤੁਹਾਡੇ ਕੋਲ ਪਹੁੰਚਿਆ ਹੋਵੇ ਵੀ ਭਾਈ ਗਰੀਬ ਪਰਿਵਾਰ ਹੈ, ਕੋਈ ਕੋਠਾ ਪਵਾ ਦਈਏ ਅਸੀਂ ਇਹਨਾਂ ਦਾ? ਕੋਈ ਮੈਂਬਰ ਨਾ ਕੋਈ ਸਰਪੰਚ ਸਾਡੇ ਘਰੇ ਕੋਈ ਨਹੀਂ ਪਹੁੰਚਿਆ ਗਾ ਜੀ, ਆਪਣੀ ਬਾਲ ਕੇ ਭਾਜੀ ਆਪ ਨੂੰ ਸੇਕਣੀ ਪੈਂਦੀ ਜੀ, ਕੋਈ ਨਹੀਂ ਕਿਸੇ ਦੇ ਘਰੇ ਆਉਂਦਾ। ਬੇਟਾ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਰਜਨੀ। ਤੇ ਜਿਹੜੇ ਹਾਲਾਤ ਨੇ ਘਰ ਦੇ, ਇਹਨਾਂ ਬਾਰੇ ਕੀ ਕਹੋਗੇ ਤੁਸੀਂ? ਮਾੜੇ ਬਹੁਤ ਆ, ਕੁਛ ਬਣ ਬੁਣ ਕੇ ਕੁਛ ਅਸੀਂ ਕਰਨਾ ਚਾਹਾਂਗੇ ਵੀ ਜਿਹੜਾ ਅਸੀਂ ਤਾਂ ਖੜੇ ਹੋ ਸਕੀਏ ਤੇ ਆਪਣੇ ਮਾਂ ਪਿਓ ਨੂੰ ਮਤਲਬ ਕਿ ਸਿਰ ਉੱਤਾ ਕਰ ਸਕੀਏ ਤੇ ਬਣ ਕੇ ਤੇ ਕੁਛ ਆਪਣਾ ਸਵਾਰੀਏ ਤੇ ਘਰ ਦੇ ਹਾਲਾਤਾਂ ਤੋਂ ਦੂਰ ਮਤਲਬ ਹੋ ਜਾਈਏ, ਇਹੋ ਕਹਿਣਾ ਚਾਹਾਂਗੇ। ਪਿਤਾ ਜੀ ਨੂੰ ਕੁਝ ਕਹਿਣਾ ਚਾਹੋਗੇ ਵੀਡੀਓ ਦੌਰਾਨ, ਜਿਹੜੇ ਕਿ 2-2 ਦਿਨ ਘਰ ਹੀ ਨਹੀਂ ਆਉਂਦੇ? ਉਹਨਾਂ ਨੂੰ ਕੀ ਕਹਿਣਾ, ਉਹਨਾਂ ਨੂੰ ਆਪਣੇ ਨਾਲ ਹੀ ਆ, ਸਾਡੇ ਨਾਲ ਕੀ ਹੈ। ਧੀਆਂ ਦੇ ਦਿਲ ਦਾ ਦਰਦ ਵੀ ਜਿਹੜਾ ਹੈ ਦੋਸਤੋ, ਉਹ ਤਸਵੀਰਾਂ ਬਿਆਨ ਕਰਦੀਆਂ ਨੇ ਔਰ ਤੁਸੀਂ ਵੇਖ ਸਕਦੇ ਕਿ ਕਿਵੇਂ ਆਪਣੀ ਮਾਤਾ ਦੇ ਨਾਲ ਉਹ ਮਿਹਨਤ ਕਰਦੀਆਂ ਨੇ। ਪਰ ਜੇਕਰ ਤੁਸੀਂ, ਮੈਂ ਜਿੱਥੋਂ ਤੱਕ ਵੀ ਸਾਡੀ ਇਹ ਆਵਾਜ਼, ਸਾਡੀ ਇਹ ਵੀਡੀਓ, ਪੰਜਾਬ ਅਬ ਤੱਕ ਦੀ ਨਿਊਜ਼, ਪੰਜਾਬ ਅਬ ਤੱਕ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿੱਥੇ ਕੋਈ ਸਰਕਾਰੀ ਸਹੂਲਤ ਜਾਂ ਜਿੱਥੇ ਕਿਸੇ ਦਾਨੀ ਵੀਰ ਦੀ ਨਿਗਾਹ ਨਹੀਂ ਪੈਂਦੀ ਤਾਂ ਉੱਥੇ ਪਹੁੰਚਦਾ ਪੰਜਾਬ ਅਬ ਤੱਕ। ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਤਾਂ ਸਾਡੀਆਂ ਸਾਰੀਆਂ ਵੀਡੀਓ ਨੂੰ ਪਿਆਰ ਦੇਣ ਦੇ ਲਈ ਵੀ, ਔਰ ਜਿੰਨੀਆਂ ਵੀਡੀਓ ਨੂੰ ਤੁਸੀਂ ਅਜਿਹੀਆਂ ਨੂੰ ਵੇਖਦੇ ਹੋ ਉਸ ਤੋਂ ਬਾਅਦ ਗਰੀਬਾਂ ਦੀ ਜਿਹੜੀ ਮਦਦ ਕਰਦੇ ਹੋ ਤੁਹਾਡਾ ਅਸੀਂ ਧੰਨਵਾਦ ਵੀ ਕਰਦੇ ਹਾਂ। ਇੱਕ ਛੋਟੀ ਬੱਚੀ ਹੈ, 2 ਵੱਡੀਆਂ ਭੈਣਾਂ ਨੇ ਉਸ ਤੋਂ, ਔਰ ਕਿਸ ਤਰੀਕੇ ਦੇ ਨਾਲ ਆਪਣੀ ਮਾਤਾ ਦੇ ਨਾਲ ਹੱਥ ਵਟਾ ਰਹੀਆਂ ਨੇ, ਲੇਕਿਨ ਸਿਰ ਦੇ ਉੱਪਰ ਜਿਹੜੀ ਛੱਤ ਹੈ ਉਹ ਕਿਸੇ ਵੇਲੇ ਵੀ ਇਹਨਾਂ ਦੇ ਉੱਪਰ ਡਿੱਗ ਸਕਦੀ ਹੈ ਅਤੇ ਇਹਨਾਂ ਦੀ ਮੌਤ ਹੋ ਸਕਦੀ ਹੈ। ਆਹ ਹਾਲਾਤ ਨੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋਸਤੋ, ਸਿਰ ਦੀ ਛੱਤ, ਮੈਂ ਫਿਰ ਤੋਂ ਇੱਕ ਵਾਰ ਦੱਸ ਦੇਵਾਂ ਕਿ ਕਿਸੇ ਵੇਲੇ ਵੀ ਜੇ 1-2 ਬਰਸਾਤਾਂ ਆਉਣ ਵਾਲੇ ਸਮੇਂ 'ਚ ਪੈਂਦੀਆਂ ਨੇ, ਉਹਨਾਂ ਨੇ ਦੱਸਿਆ ਕਿ ਗੁੱਡੀਆਂ ਕਿਵੇਂ ਭਿੱਜ ਜਾਂਦੀਆਂ ਨੇ
ਔਰ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਕਿਵੇਂ ਕੀਤੀ ਹੋਈ ਮਿਹਨਤ 'ਤੇ ਪਾਣੀ ਫਿਰਦਾ ਬੇਟਾ, ਫਿਰ ਜਦੋਂ ਕੀਤੀ ਮਿਹਨਤ 'ਤੇ ਪਾਣੀ ਫਿਰਦਾ ਹੈ, ਬਾਲਾ ਟੁੱਟਣ ਕਾਰਨ ਪਾਣੀ, ਤਾਂ ਮਨ ਨੂੰ ਦੁੱਖ ਨਹੀਂ ਹੋਇਆ? ਹੁੰਦਾ ਤਾਂ ਹੈ ਆ, ਪਰ ਹੁਣ ਕੀ ਕਰ ਸਕਦੇ ਹਾਂ, ਫਿਰ ਤੋਂ ਫਿਰ ਕੋਸ਼ਿਸ਼ ਕਰਨੀ ਪੈਂਦੀ ਆ, ਫਿਰ ਉਹਨਾਂ ਨੂੰ ਗੰਢਣਾ ਪੈਂਦਾ, ਬਣਾਉਣੀਆਂ ਪੈਂਦੀਆਂ, ਫਿਰ ਕੋਸ਼ਿਸ਼ ਤਾਂ ਕਰਨੀ ਪੈਂਦੀ ਆ, ਫਿਰ ਕਰਕੇ ਤੇ ਫਿਰ ਉਹ ਹੀ ਕੰਮ ਕਰੀਦਾ। ਮਨ ਨੂੰ ਬੁਰਾ ਤਾਂ ਲੱਗਦਾ ਵਾ, ਮਨ ਖਰਾਬ ਵੀ ਹੁੰਦਾ ਵਾ ਕਿ ਇੰਨੀ ਮਿਹਨਤ ਕੀਤੀ ਸੀ ਤੇ ਆਹ ਕੰਮ ਹੋ ਗਿਆ। ਜਿੰਨੇ ਵੀ ਭਰਾ ਵੀਡੀਓ ਨੂੰ ਵੇਖ ਰਹੇ ਨੇ, ਮੈਂ ਇੱਕ ਵਾਰ ਉਹਨਾਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਇਸ ਪਰਿਵਾਰ ਦੀ ਜੇਕਰ ਕੋਈ ਫਾਈਨੈਂਸ਼ੀਅਲ ਮਦਦ ਤੁਸੀਂ ਨਹੀਂ ਕਰ ਸਕਦੇ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਦਾਨੀ ਸੱਜਣਾ ਤੱਕ ਪਹੁੰਚ ਜਾਵੇ। ਮੈਂ ਇਸ ਪਰਿਵਾਰ ਦਾ ਫੋਨ ਨੰਬਰ ਜਿਹੜਾ ਸਾਂਝਾ ਕਰ ਰਿਹਾ ਬੇਟਾ, ਮੈਂ ਚਾਹਾਂਗਾ ਬੋਲ ਕੇ ਦੱਸ ਦਿਓ ਜਾਂ ਤਾਂ ਜੋ ਦਾਨੀ ਭਰਾਵਾਂ ਨੇ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਂਹ ਫੜਦੇ ਨੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਣ। ਤੁਸੀਂ ਆਪਣਾ ਫੋਨ ਨੰਬਰ ਇੱਕ ਵਾਰ ਬੋਲ ਕੇ ਦੱਸਿਓ ਜੀ। 98 41 60 5 73। ਇੱਕ ਵਾਰ ਫਿਰ ਬੋਲ ਦਿਓ ਜੀ, 98 41 60 5 73। ਤਾਂ ਨੰਬਰ ਜਿਹੜਾ ਹੈ ਉਹ ਭੈਣ ਨੇ ਬੋਲ ਕੇ ਦੱਸਿਆ ਹੈ। ਤਾਂ ਦੋਸਤੋ ਜਿੱਥੋਂ ਤੱਕ ਵੀ ਇਹ ਸਾਡੀ ਪੰਜਾਬ ਅਬ ਤੱਕ ਦੀ ਵੀਡੀਓ ਪਹੁੰਚ ਰਹੀ ਹੈ, ਜੇਕਰ ਤੁਸੀਂ ਫਾਈਨੈਂਸ਼ਲੀ, ਮੈਂ ਵਾਰ ਵਾਰ ਬੇਨਤੀ ਕਰਦਾ ਕਿ ਜੇਕਰ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ ਤਾਂ ਇਹਨਾਂ ਗਰੀਬ ਬੱਚਿਆਂ ਦੀ ਜੋ ਹਾਲਤ ਤਸਵੀਰਾਂ ਦੇ ਬਿਆਨ ਕਰ ਰਹੀਆਂ ਨੇ, ਜੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ, ਉਹਨਾਂ ਦੀ ਕੋਈ ਹੈਲਪ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਬਣੇ ਰਹੋ ਸਾਡੇ ਨਾਲ, ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਕੈਮਰਾਮੈਨ ਸੁੱਖ ਦੇ ਨਾਲ ਮੈਂ ਦਲਜੀਤ ਸਿੰਘ, ਪੰਜਾਬ ਅਬ ਤੱਕ ਨਿਊਜ਼, ਤਰਨ ਤਾਰਨ। ਕੀ ਤੁਸੀਂ ਪਰੇਸ਼ਾਨ ਹੋ? 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ, ਹੋਇਆ ਪਿਆਰ ਵਾਪਸ ਪਾਓ 24 ਘੰਟੇ ਚ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਿਆਰ ਚ ਧੋਖਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਬਿਮਾਰੀ ਚ ਦਵਾ ਨਾ ਲੱਗਣਾ, ਕੀਤਾ ਕਿਰਾਇਆ ਦਾ ਜੜ ਤੋਂ ਖਾਤਮਾ, ਗੁਪਤ ਵਸ਼ੀਕਰਨ ਕਰਾਓ, ਮਨ ਚਾਹ ਪਿਆਰ ਪਾਓ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਇਟਸ ਮਾਈ ਪ੍ਰੋਮਿਸ। ਸੰਪਰਕ ਕਰੋ।